ਮੈਂ ਹਾਂ ਜਗਰੂਪ ਬਰਾੜ ਐਮ ਐਲ ਏ ਸ਼ਰੀਫ ਫਲੀਟਵਰਡ ਹਰਣਾ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਅੱਜ 29 ਨਵੰਬਰ 2021 ਦੇ ਅਪਡੇਟਸ ਇਸ ਪ੍ਰਕਾਰ ਹਨ ਜੋ ਫਲੱਡ ਵਾਰਨਿੰਗ ਐਤਵਾਰ ਨੂੰ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਕੋਕਾਹਾਲਾ ਕੋਲਡਵਾਟਰ ਨਿਕੋਲਾ ਤੁਲਾਮीन ਅਤੇ ਸੂਮਸ ਰਿਵਰ ਨਾਲ ਸੰਬੰਧਿਤ ਇਲਾਕੇ ਸ਼ਾਮਲ ਸਨ ਇਸ ਸਮੇਂ ਸਾਊਥਰਨ ਵੈਨਕੂਵਰ ਆਈਲੈਂਡ ਲੋਅਰ ਮੇਨਲੈਂਡ ਅਤੇ ਫਰੇਜ਼ਰ ਵੈਲੀ ਵਿੱਚ ਹੜ੍ਹਾਂ ਦੀ ਸਥਿਤੀ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅੱਜ ਸਵੇਰੇ ਕੁਝ ਹੋਰ ਇਲਾਕੇ ਫਲਡ ਵਾਰਚ ਅਧੀਨ ਜਾਰੀ ਕੀਤੇ ਗਏ ਹਨ ਜਿੱਥੇ ਮੀਂਹ ਪੈਣ ਦੇ ਨਾਲ ਬੱਦਲ ਫਟਣ ਦੇ ਨਾਲ ਭਾਰੀ ਜੜੇ ਹੜ੍ਹ ਆਉਣ ਦਾ ਖਤਰਾ ਉਹ ਬਣਿਆ ਹੋਇਆ ਹੈ ਇਹਦੇ ਵਿੱਚ ਸ਼ਾਮਲ ਇਲਾਕੇ ਹਨ ਸੈਂਟਰਲ ਕੋਸਟ ਅਤੇ ਨਾਰਥਰਨ ਵੈਨਕੂਵਰ ਆਈਲੈਂਡ ਅਸੀਂ ਬੰਦ ਕੀਤੇ ਹਾਈਵੇ ਤੇ ਦੇ ਹਾਲਾਤ ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਾਂ ਅਤੇ ਜਦੋਂ ਵੀ ਸਾਡੇ ਇੰਜੀਨੀਅਰਸ ਨੇ ਇਹ ਫੈਸਲਾ ਕਰ ਦਿੱਤਾ ਕਿ ਇਹਨਾਂ ਹਾਈਵੇਜ਼ ਦੇ ਉੱਤੇ ਟ੍ਰੈਵਲ ਕਰਨਾ ਸੇਫ ਹੈ ਅਸੀਂ ਤੁਰੰਤ ਇਹ ਹਾਈਵੇ ਖੋਲ੍ਹ ਦੇਵਾਂਗੇ ਹਾਈਵੇ ਪ੍ਰਤੀ ਸਥਿਤੀ ਬੜੀ ਤੇਜ਼ੀ ਦੇ ਨਾਲ ਜਿਹੜੀ ਉੱਤੇ ਤਬਦੀਲ ਹੋ ਰਹੀ ਹੈ ਇਸ ਕਰਕੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਡਰਾਈ ਬੀਸੀ ਨੂੰ ਫਾਲੋ ਕਰਨ ਤਾਂ ਕਿ ਉਹਨਾਂ ਦੇ ਕੋਲੇ ਲੇਟੈਸਟ ਜਾਣਕਾਰੀ ਆ ਸਕੇ ਮੌਜੂਦਾ ਮੌਸਮ ਨਾਲ ਸਾਊਦਰਨ ਬੀਸੀ ਇਲਾਕੇ ਵਿੱਚ ਇਸ ਹਫਤੇ ਬਹੁਤ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਇਸ ਨਾਲ ਰੋਡਸ ਰੇਲਸ ਟਰਾਂਸਪੋਰਟੇਸ਼ਨ ਸਿਸਟਮ ਅਤੇ ਇਹਦੇ ਨਾਲ ਲੱਗਦੀਆਂ ਪਾਈਪਲਾਈਨ ਜਿਹੜੀਆਂ ਹੈਗੀਆਂ ਉਹ ਨੁਕਸਾਨੀਆਂ ਜਾ ਸਕਦੀਆਂ ਹਨ ਬੇਹੱਦ ਸਾਵਧਾਨੀ ਤੋਂ ਕੰਮ ਲੈਂਦੇ ਹੋਏ ਅਸੀਂ ਫਿਊਲ ਖਰੀਦਣ ਸੰਬੰਧੀ ਜਾਰੀ ਕੀਤੇ ਹੋਏ ਹੁਕਮਾਂ ਨੂੰ ਐਮਰਜੈਂਸੀ ਪ੍ਰੋਗਰਾਮ ਐਕਟੀਵੇਟ ਇਹਨਾਂ ਵਧਾਉਣ ਜਾ ਰਹੇ ਹਾਂ ਪ੍ਰਭਾਵਿਤ ਹੋਏ ਇਲਾਕਿਆਂ ਦੇ ਵਿੱਚ ਫਿਊਲ ਐਸੈਂਸ਼ੀਅਲ ਵਹੀਕਲ ਲਈ ਪਹਿਲ ਦੇ ਆਧਾਰ ਦੇ ਉੱਤੇ ਦਿੱਤਾ ਜਾਏਗਾ। ਇਹਦੇ ਵਿੱਚ ਸ਼ਾਮਲ ਇਲਾਕੇ ਹਨ ਲੋਅਰ ਮੇਨਲੈਂਡ ਤੋਂ ਹੋਪ ਰੀਜਨ, ਸੀ ਟੂ ਸਕਾਈ ਰੀਜਨ, ਸੰਸਨਸ਼ਾਈਨ ਕੋਸਟ, ਗੋਲਫ ਆਈਲੈਂਡ ਅਤੇ ਵੈਂਕੂਵਰ ਆਈਲੈਂਡ। ਇਹਨਾਂ ਇਲਾਕਿਆਂ ਵਿੱਚ ਗੈਸ ਸਟੇਸ਼ਨ ਤੇ ਜਦੋਂ ਇੱਕ ਵਿਜ਼ਿਟ ਕੀਤੀ ਜਾਏਗੀ ਤਾਂ ਸਿਰਫ 30 ਲੀਟਰ ਤੇਲ ਹੀ ਦਿੱਤਾ ਜਾਏਗਾ। ਜੇ ਤੁਹਾਨੂੰ ਇਸ ਵੇਲੇ ਟ੍ਰੈਵਲ ਕਰਨ ਦੀ ਲੋੜ ਨਹੀਂ ਤਾਂ ਟਰੈਵਲ ਨਾ ਕੀਤੀ ਜਾਵੇ ਘਰੇ ਰਹੋ ਪਰ ਜੇ ਤੁਹਾਨੂੰ ਟਰੈਵਲ ਕਰਨੀ ਪੈਂਦੀ ਹੈ ਤਾਂ ਤੁਸੀਂ ਕਾਰਪੂਲ ਕਰਨ ਦੀ ਕੋਸ਼ਿਸ਼ ਕਰੋ ਜਾਂ ਤੁਸੀਂ ਪਬਲਿਕ ਟ੍ਰਾਂਜਿਟ ਯੂਜ਼ ਕਰਨ ਦੀ ਕੋਸ਼ਿਸ਼ ਉਹ ਕਰੋ ਇਹ ਸਿਰਫ ਵਿక్తి ਤੌਰ ਤੇ ਕੀਤਾ ਗਿਆ ਹੈ ਤਾਂ ਕਿ ਜਿਹੜਾ ਫਿਊਲ ਦੀ ਸਪਲਾਈ ਬਣੀ ਰਹੇ ਅਤੇ ਲੋਕਾਂ ਤੱਕ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਸਮੇਂ ਸਿਰ ਪਹੁੰਚਦੀਆਂ ਰਹਿਣ ਹੜ੍ਹਾਂ ਅਤੇ ਤੂਫਾਨ ਦੇ ਬਣੇ ਹੋਏ ਖਤਰੇ ਨੂੰ ਧਿਆਨ ਚ ਰੱਖਦੇ ਹਾਂ ਅਸੀਂ ਇੱਕ ਵਾਰੀ ਫੇਰ ਜਿਹੜੀ ਪ੍ਰੋਵਿੰਸ਼ਲ ਸਟੇਟ ਆਫ ਐਮਰਜੈਂਸੀ ਹੈ ਉਹਨੂੰ 14 ਦਸੰਬਰ ਤੱਕ ਵਧਾ ਦਿੱਤਾ ਗਿਆ ਇਹ ਸਨ ਅੱਜ ਦੇ 29 ਨਵੰਬਰ 2021 ਦੇ ਅਪਡੇਟ ਹੜਾਂ ਨਾਲ ਸੰਬੰਧਿਤ ਕੱਲ ਨੂੰ ਅਸੀਂ ਫੇਰ ਦੁਬਾਰਾ ਅਪਡੇਟ ਲੈ ਕੇ ਸ਼ਾਮਲ ਹੋਵਾਂਗੇ